लोक इंसाफ पार्टी वालों बरसाती नाले उपर बनी सड़क का नाम भाई निर्मल सिंह खालसा नाम ते रखण दी मंग कीती गई। पत्रकारां नूं जानकारी दिंदिया सीनियर आगू प्रकाश सिंह माहल ने कहा कि भाई निर्मल सिंह खालसा वालों समाज विच कई उपलब्धियां हासिल कीतियां गईआं हन। उन्हां ने कहा कि इस मामले संबंधी जल्दी ही जिला प्रशासन नूं मंग पत्र सौंपिया जाएगा। ਅਸੀਂ ਵਿੱਚ ਲੋਕ ਇਨਸਾਫ ਪਾਰਟੀ ਅੱਜ ਸਾਰੀ ਇੱਥੇ ਇਕੱਠੀ ਹੋਈ ਆ, ਜੋ ਕਿ ਪਿਛਲੇ ਦਿਨੀ ਕੋਵਿਡ-19 ਦੇ ਚੱਲਦਾ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਕੀ ਪੂਰੇ ਕੌਮ ਦੇ ਜਿਹੜੇ ਹਰਮਨ ਪਿਆਰੇ ਸੀ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਜੂਰੀ ਰਾਗੀ ਪਦਮ ਅਵਾਰਡ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਜਿਨ੍ਹਾਂ ਦਾ ਕੋਵਿਡ-19 ਕਰਕੇ ਦੇਹਾਂਤ ਹੋ ਗਿਆ ਸੀ, ਅੱਜ ਸਾਡੀ ਲੋਕ ਇਨਸਾਫ ਪਾਰਟੀ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਸਰਦਾਰ ਬਲਵਿੰਦਰ ਸਿੰਘ ਜੀ ਬੈਂਸ ਅਤੇ ਸਾਡੀ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਅਤੇ ਸਾਡੀ ਸਮੂਹ ਮਾਝਾ ਦੀ ਟੀਮ ਪੰਜਾਬ ਗੌਰਮੈਂਟ ਤੋਂ ਸੈਂਟਰ ਗੌਰਮੈਂਟ ਤੋਂ ਮੰਗ ਕਰਦੀ ਆ ਵੀ ਜੋ ਇਹ ਬਰਸਾਤੀ ਨਾਲਾ ਜੋ ਕਵਰ ਹੋਇਆ ਵਾ, ਜਿਹਦਾ ਕਿ ਅਜੇ ਤੱਕ ਕੋਈ ਮਾਰਗ ਦਾ ਨਾਂ ਨਹੀਂ ਰੱਖਿਆ ਗਿਆ, ਸਾਡੀ ਲੋਕ ਇਨਸਾਫ ਪਾਰਟੀ ਵੱਲੋਂ ਪਰ ਯੋਰ ਅਪੀਲ ਆ ਅਤੇ ਮੰਗ ਆ ਵੀ ਇਸ ਦਾ ਨਾਂ ਜਿਹੜਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਮਾਰਗ ਰੱਖਿਆ ਜਾਵੇ। ਵੇਖੋ ਜੀ, ਮੁੱਦਾ ਚੁੱਕਣਾ ਕੋਈ ਜੇ ਚੰਗਾ ਮੁੱਦਾ ਕੋਈ ਚੁੱਕੇ ਤਾਂ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ, ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਸੀ ਜਿਹੜੀ ਪੰਜਾਬ ਦੇ ਪੈਰਿਆਂ ਦੀ ਲੰਬੜਦਾਰ ਪਾਰਟੀ ਘੁਆਈ ਜਾਂਦੀ ਘੁਮਾਉਂਦੀ ਹੁੰਦੀ ਸੀ, ਪਰ ਹੁਣ ਅੱਜ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਕੁਰਬਾਨੀਆਂ ਦੀ ਬਣੀ ਪਾਰਟੀ ਹੈ ਸਾਡੇ ਵੱਡੇ ਪੁਰਖਿਆਂ ਦੀ, ਉਹਨੂੰ ਇੱਕ ਪ੍ਰਾਈਵੇਟ ਲਿਮਿਟਡ ਫਰਮ ਬਣਾ ਕੇ ਰੱਖਤਾ ਵਾ, ਉਹਨਾਂ ਦੇ ਕਹਿਣ ਨਾਲ ਕੋਈ ਇੰਨਾ ਫਰਕ ਨਹੀਂ ਆ। ਤੁਸੀਂ ਵੇਖੋ ਪਿਛਲੇ ਦਿਨੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਦਾ ਦੇਹਾਂਤ ਹੋਇਆ ਅਤੇ ਸਾਡੀ ਬਹੁਤ ਹੀ ਇੱਕ ਜਿਹੜੀ ਸਰਵਉੱਚ ਜਿਹੜੀ ਆਪਣੀ ਸੰਸਥਾ ਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਜੀ, ਕੋਈ ਵੀ ਉਹਨਾਂ ਦੇ ਅੰਤਮ ਸੰਸਕਾਰ 'ਤੇ ਕੋਈ ਨਹੀਂ ਉੱਥੇ ਹਾਜ਼ਰ ਹੋਇਆ, ਨਾ ਹੀ ਕਿਤੇ ਉਹਨਾਂ ਨੇ ਕੋਈ ਜਗ੍ਹਾ ਦੇਣ ਦਾ ਐਲਾਨ ਕੀਤਾ। ਤੁਸੀਂ ਵੇਖੋ ਐਡੇ ਪਦਮ ਸ਼੍ਰੀ ਅਵਾਰਡ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦਾ ਦੇਹ ਸੰਸਕਾਰ ਵੇਲੇ ਜਦੋਂ ਹੋਣਾ ਸੀ ਕਿੰਨੀ ਬੇਅਦਬੀ ਹੋਈ, ਸਾਰਿਆਂ ਸਿੱਖ ਜਿਹੜੇ ਹੈਗੇ ਸੀ ਨਾਨਕਨੇਵਾ ਲਾਮ ਸੰਗਤ ਉਹਨਾਂ ਦੇ ਹਿਰਦੇ ਲੁੰਦਰੇ ਗਏ, ਕਿੰਨੀ ਭਾਈ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਸੱਚਖੰਡ ਸੇਵਾ ਕੀਤੀ, ਅੱਜ ਵੀ ਉਹਨਾਂ ਦੀ ਆਵਾਜ਼ ਕਿਤੇ ਕੰਨਾਂ ਵਿੱਚੋਂ ਪੈਂਦੀ ਆ ਅਤੇ ਉਹ ਮੁਗਧ ਕਰਕੇ ਰੱਖਦੀ ਸੰਗਤ ਨੂੰ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਕੋਈ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਉਹਨਾਂ ਨੇ ਕੁਝ ਵੀ ਉਹਨਾਂ ਵਾਸਤੇ ਭਾਈ ਨਿਰਮਲ ਸਿੰਘ ਖਾਲਸਾ ਵਾਸਤੇ ਕੋਈ ਚੰਗਾ ਉਪਰਾਲਾ ਨਹੀਂ ਕੀਤਾ। ਵੇਖੋ ਜੀ, ਸਾਡੇ ਸੋਸ਼ਲ ਡਿਸਟੈਂਸ ਦੇ ਪਰਚੇ ਕੋਈ ਨਹੀਂ ਹੋਏ, ਨਾ ਸਾਡੇ ਦੇ ਮਾਸਕ ਦੇ ਪਰਚੇ ਆ, ਸਾਡੇ ਦੇ ਪਰਚੇ ਇਹ ਹੋਏ ਆ ਲੋਕ ਇਨਸਾਫ ਪਾਰਟੀ ਦੇ ਵੀ ਤੁਸੀਂ ਮੂੰਹ ਨੂੰ ਟੇਪ ਕਿਉਂ ਨਹੀਂ ਲਾਉਂਦੇ, ਤੁਸੀਂ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਜੇ ਇਹ ਜਨਤਾ ਦੇ ਅੱਗੇ ਕਿਉਂ ਰੱਖਦੇ ਹੋ, ਉਹ ਪਰਚੇ ਹੋਏ ਆ। ਵੇਖੋ ਸਾਡੇ ਦੇ ਪਰਚੇ ਹੋਣ ਦੀ ਇਹਨਾਂ ਦੀ ਸਪੀਡ ਕਿੱਡੀ ਤੇਜ਼ ਆ, ਅਤੇ ਬਾਕੀ ਹੋਰ ਸਾਰੇ ਵੇਖੋ ਸਾਰੀਆਂ ਮੀਟਿੰਗਾਂ ਵੀ ਹੋਣਡੀਆਂ ਵਾ, ਉਦਘਾਟਨ ਵੀ ਹੋਣ ਡੇ, ਕਾਂਗਰਸੀ MLA ਮਿਨਿਸਟਰ ਕਰਨ ਦੇ ਆ। ਮੈਂ ਤੁਹਾਨੂੰ 20 ਮਿਸਾਲਾਂ ਦੇ ਦਿੰਦਾ, ਤੁਸੀਂ ਪੱਤਰਕਾਰ ਵੀਰ ਹੋ, ਪ੍ਰੈਸ ਵਾਲੇ ਹੋ, ਤੁਹਾਨੂੰ ਪਤਾ ਵਾ ਸਿਰਫ ਇਹ ਲੋਕ ਇਨਸਾਫ ਪਾਰਟੀ ਦੇ ਪਰਚੇ ਕਰਕੇ ਹੁੰਦੇ ਆ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪਾਵਰ ਤੋਂ ਬਾਹਰ ਹੀ ਸਿਟੀ ਸੈਂਟਰ ਘਟਾਲੇ ਹੁੰਦੇ ਇਹਨਾਂ ਦੇ ਕੇਸ ਹੁੰਦੇ ਆ, ਅਤੇ ਜਦੋਂ ਇਹ ਪਾਵਰ 'ਚ ਆਉਂਦੇ ਆ ਉਦੋਂ ਬਿਨਾਂ ਟਰਾਇਲ ਕੋਈ ਕੋਰਟ ਦਾ ਟਰਾਇਲ ਨਹੀਂ ਆ, ਅਤੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਆ, ਉਹ ਜਿਹੜਾ ਕਲੋਜ਼ ਹੋ ਜਾਂਦਾ ਵਾ। ਉਹਦੇ ਸੰਬੰਧ ਦੇ ਵਿੱਚ ਸਾਡੇ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਗਏ ਆ, ਕੈਪਟਨ ਸਾਹਿਬ ਨੂੰ ਉਹ ਜਿਹੜਾ ਟਰਾਇਲ ਆ ਉਹ ਫੇਸ ਕਰਨਾ ਪਊਗਾ, ਸਾਡੇ ਪਾਰਟੀ ਪ੍ਰਧਾਨ ਉਹਦੇ ਪ੍ਰਤੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਰਿਟ ਪਾਈ ਆ ਵੀ ਇਹ ਜਿਹੜਾ ਟਰਾਇਲ ਚੱਲਣ ਤੋਂ ਬਗੈਰ ਇਹਨਾਂ ਨੂੰ ਜਿਹੜਾ ਵਾ ਉਹਦਾ ਕਲੋਜ਼ਰ ਰਿਪੋਰਟ ਨਹੀਂ ਮਿਲਣੀ ਚਾਹੀਦੀ। ਇਸ ਕਰਕੇ ਜਿਹੜੀ ਸਰਕਾਰ ਆ ਉਹ ਸਾਡੀ ਲੋਕ ਇਨਸਾਫ ਪਾਰਟੀ ਨਾਲ ਵਿਤਕਰਾ ਕਰਦੀ ਆ, ਕੋਈ ਵੀ ਆਲ ਮੀਟਿੰਗ ਸੱਦੀ ਜਾਂਦੀ ਆ ਲੋਕ ਇਨਸਾਫ ਪਾਰਟੀ ਦੇ 2 MLA ਆ ਉਹਨਾਂ ਨੂੰ ਉੱਥੇ ਕੋਈ ਸੱਦਾ ਨਹੀਂ ਦਿੱਤਾ ਜਾਂਦਾ। ਇੱਥੋਂ ਹੀ ਤੁਹਾਨੂੰ ਪਤਾ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਕਿੱਡੀ ਨੀਵੀਂ ਆ, ਤੁਹਾਨੂੰ ਇੱਥੋਂ ਹੀ ਜਾਣੂ ਹੋਜੂਗੇ ਵੀ ਆਲ ਮਾਲਟੀ ਮੀਟਿੰਗ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ 2 MLA ਆ ਉਹਨਾਂ ਨੂੰ ਸੱਦਾ ਨਹੀਂ ਦਿੱਤਾ। ਵੇਖੋ ਜੀ, ਜ਼ਿਲ੍ਹਾ DC ਨੂੰ ਸਾਡੀ ਲੋਕ ਇਨਸਾਫ ਪਾਰਟੀ ਵੱਲੋਂ ਮੰਗ ਪੱਤਰ ਸੌਂਪਿਆ ਜਾਊਗਾ। ਅਸੀਂ ਅੱਜ ਜਾਂ ਭਲਕੇ ਸਾਡੀ ਸਾਰੀ ਮਾਝੇ ਦੀ ਟੀਮ, ਸਾਡੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਜੀ ਵਰਪਾਲ